ਪਾਕਿਸਤਾਨ ਦੀ ਸਭ ਤੋਂ ਵੱਡੀਆਂ ਚਾਹ ਜਿਹੜੀ ਹੈ ਜਿਹਦਾ ਜ਼ਾਇਕਾ ਬਿਲਕੁਲ ਸਮਝ ਨਹੀਂ ਹੁੰਦਾ ਬਹਿਵੇ ਕਿ ਕੋਈ ਨਾ ਕਿ ਚਾਹ ਪੀਂਦੇ ਪੈ ਕਿ ਫੱਕ ਜਿਹੜੀ ਉਹ ਪਾਣੀ ਚ ਪਾਈ ਗੱਲ ਇਹ ਕਰਸਾਂ ਕਿ ਅਗਰ ਖੁਦਾ ਨਾ ਖਾਸਾ ਇਹ ਮੈਚ ਹੋ ਜਾਂਦਾ ਸਾਡੇ ਮੰਡੀ ਬੌਲਦੀ ਦੇ ਇਲਾਕੇ ਵਿੱਚ ਇੱਥੇ ਸਟੇਡੀਅਮ ਹੁੰਦਾ ਇੱਥੇ ਪਾਕਿਸਤਾਨ ਦੇ ਵੈਸਟ ਇੰਡੀਜ਼ ਦੀ ਟੀਮ ਆਉਂਦੀ ਸਾਡਾ ਨਾਲ ਲੋਕ ਇੱਥੇ ਵੇਖੋ ਤੇ ਵੇਖੋ ਤੇ ਜਿਹੜਾ ਕੁਬਾਰ ਨਾ ਇਹ ਆਪਣੀ ਮਸ਼ਹੂਰੀ ਦੇਣੇ ਵਾਸਤੇ ਜਨਾਬ ਆਪਣੇ ਕੁੰਨੇ ਲੈ ਜਾਣੇ ਆਪਣੀਆਂ ਸਾਂਹ ਕਤੇ ਕੁੰਨੇ ਆਪਣੇ ਦੌਰ ਦੋਰੀਆਂ ਸਾਂਹ ਕਾ ਇਨ ਅਛਾਜ ਹਰ ਸ਼ਹਿਰ ਲੈ ਕੇ ਨਾ ਟੁਰ ਪਣਾ ਉੱਥੇ ਤੇ ਅਚਾ ਦੇਣੇ ਪੈਣਾ ਕੱਪਾਂ ਤੇ ਸਾਡੇ ਮਲਕ ਵਾਲੇ ਯਕੀਨ ਮਨ ਲੋਟੇ ਨਾ ਅਚਾ ਦੇਣੀ ਇਤਨਾ ਵੱਡੇ ਹੱਥ ਦੀ ਦੁਆਣੇ ਆਣ ਮਜ਼ੂਬੇ ਕਰਣਾ ਤੇ ਸਾਡੇ ਮੰਡੀ ਦੇ ਡਾਕਟਰ ਵੀ ਉੱਤੇ ਆਉਣੇ ਆ ਬਿਸਮਿਲ্লাহ ਰਹਿਮਾਨ ਰਹੀਮ ਅਸਲਾਮੁਅਲੈਕਮ ਕੀ ਹਾਲੇ ਮਿੱਠਿਆ ਹੋ ਮਸੇਰਾ ਹੋ ਬੈਣਾ ਬਰਾਵਾ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਤੁਹ ਸਾਰੇ ਠੀਕ ਠਾਕ ਹੋ ਸੋ ਅੱਜ ਦਾ ਜਿਹੜਾ ਮੌਜੂ ਹੈ ਉਹ ਮੌਜੂ ਹੈ ਪਾਕਿਸਤਾਨ ਵਰਸਸ ਵੈਸਟਰਨ ਇੰਡੀਜ਼ ਜਿਸਾ ਕਿ ਤੁਸੀਂ ਜਾਣਦੇ ਹੋ ਕਿ ਵੈਸਟਰਨ ਇੰਡੀਜ਼ ਜਿਹੜੀ ਟੀਮ ਹੈ ਉਹ ਪਾਕਿਸਤਾਨ ਵਿੱਚ ਆਈ ਆਈ तो पाकिस्तान उन्होंने सही बना के गलिया और डेढ़ डेर मुबारक हो पाकिस्तान एक ज़रा अच्छा परफॉर्म किया जनाब एक अच्छा मैच है और उस तो जोड़ा पाकिस्तान का ज़रा टीम का ज़रा इम ज होर ज़्यादा अच्छा बेहतर है लेकिन ये मुबारकबाद तो हो गई पाकिस्तान त्रैवे मैच अच्छा खेडिए यह भी हो गया लेकिन एक गल मैं बड़ी सुहाँ वास्ते जी किसी नोट नहीं की अगर नोट की है तो वे किसी वीडियो नहीं बनाई मैं बना लगा तो बड़ा मजा आएगा ਉਹ ਪੰਜਾਬੀ ਆਦਮ ਕੇ ਖੁਸ ਰਿਆ ਖੁਸ ਰਿਆ ਦੇ ਘਰ ਜਾ ਤੱਕ ਆਇਆ ਤੋ ਚਮ ਚਮ ਕੇ ਮਾਰ ਛੱਡ ਉਹ ਜਨਾਬ ਕਰਾਚੀ ਵਿੱਚ ਮੈਚ ਹੋਇਆ ਹੈ ਪਾਕਿਸਤਾਨ ਦਾ ਤੇ वेस्ट ਇੰਡੀਜ਼ ਦਾ ਤੇ ਉਹਦੇ ਵਿੱਚ ਜਨਾਬ ਦਨ ਪਤਾ ਹੈ ਕਿ ਜਨਾਬ ਗਰਾਊਂਡ ਵਿੱਚ ਮਨ ਤਮਾਸ਼ਾਈ ਵੀ ਆਏ ਹੁੰਦੇ ਨੇ ਤੇ ਉੱਥੇ ਇੱਕ ਹੋਰ ਬੜਾ ਨਿਜ਼ਾਮ ਮਿਲਿਆ ਕਿ ਉੱਥੇ ਬਰਾਇਟ ਸਰਫ ਵਾਲੇ ਵੀ ਆਣ ਅੱਲਾ ਜਾਣਦਾ ਉਹ ਕਿਹੜੀ ਸ਼ੈ ਧੋਣ ਆਏ ਆਣ ਕਿਹੜੇ ਦਾ ਕੈਸੇ ਲੱਗ ਗਏ ਜਿਹੜੇ ਗਰਾਊਂਡ ਚੋਂ ਨਾਉਣਾ ਪੈ ਗਿਆ ਉਸ ਤੋਂ ਬਾਅਦ ਜਨਾਬ ਤੁਸੀਂ ਵੇਖਣਾ ਉਸਾਕਾ ਬੈਟਰੀ ਵਾਲੇ ਅੱਲਾਹ ਜਾਣਦਾ ਉਹਨਾਂ ਕਿਹੜਾ ਅਮਰਜੈਂਸੀ ਸੁਰਤੇ ਹਾਲ ਚ ਬੈਟਰੀਆਂ ਟੰਗਣੀਆਂ ਉੱਥੇ ਆ ਕੇ ਬੈਠੇ ਜਟੇ ਬਾਦ ਉਸਾਕਾ ਦੇ ਕੈਮਰਾ ਪਾਉਂਦਾਏ ਤਾਂ ਆਪਣੀ ਬੈਟਰੀ ਸਿੱਧੇ ਕਰਕੇ ਖਲੋ ਜਾਂਦੇ ਆ ਉਸ ਤੋਂ ਬਾਅਦ ਤੁਸੀਂ ਇਹ ਵੀ ਵੇਖਿਆ ਹੋਣਾ ਕਿ ਜਨਾਬ ਉੱਥੇ ਇੱਕ ਪਾਕਿਸਤਾਨ ਦੀ ਸਭ ਤੋਂ ਵੱਡੀ ਚਾਹ ਜਿਹੜੀ ਹੈ ਜਿਹਦਾ ਜ਼ਾਇਕਾ ਬਿਲਕੁਲ ਸਮਝ ਨਹੀਂ ਹੁੰਦਾ ਬਹਿਵੇ ਕਿ ਕੋਈ ਨਾ ਕਿ ਚਾਹ ਪੀਣੇ ਪੈਂ ਕਿ ਫੱਕ ਜਿਹੜੀ ਉਹ ਪਾਣੀ ਚ ਪਾਈ ਤੇ ਉਹ ਜਨਾਬ ਜਟੇ ਬਾਦ ਜਨਾਬ ਮੁਲਕ ਕਾ ਪਾਣ ਲਏ ਮੂੰਹ ਉਹ ਕੈਮਰਾ ਬਹੁਤ ਇਤਿਹਾਸਕ ਵਿਖਾਇਉਂਦਾ ਪਤਾ ਹੈ ਮਜਬੂਰੀ ਤੇ ਕਾਬਲਾ ਕੰ ਸਰਦੀ ਵਿੱਚ ਚਾਹ ਲੱਭੇ ਤੇ ਉਹ ਉਹ ਵੀ ਲੱਭੇ ਮੁਖਤੇ ਦੀ ਤੇ ਉਹ ਭਾਵੇਂ ਜਿਵੇਂ ਦੇ ਵੀ ਪਤਾ ਮਨ ਛਿੱਕ ਜਾਂਦੇ ਨੇ ਬੇਲੀ ਤੇ ਉਹ ਜਨਾਬ ਚਾਹ ਤੇ ਬਾਰ ਬਾਰ ਕੈਮਰਾ ਪੈ ਰਿਹਾ ਹੈ ਉਸ ਤੋਂ ਬਾਅਦ ਅਈ ਤੇ ਇੱਕ ਬੰਦਾ ਯਕੀਨ ਮਨੋ ਗਾਰ ਰਹਿ ਗਿਆ ਉਹ ਸਹੀ ਆਪਣੀ ਮਸ਼ਹੂਰੀ ਦੇਣੀ ਹੈ ਉਹ ਆਪਣਾ ਵਸੀਮ ਅਕਰਮ ਸਾਹਿਬ ਜਿਹੜੇ ਨੇ ਏਰੀਅਲ ਦੇ ਸਿਰਫ ਏਰੀਅਲ ਸਿਰਫ ਜਿਹੜਾ ਉਹਦੀ ਮਸ਼ਹੂਰੀ ਇਹ ਨੰਨ ਜਿਵੇਂ ਸਵਾਬ ਦਾ ਕੰਮ ਹੈ ਤੇ ਉਸ ਤੋਂ ਬਾਅਦ ਜਨਾਬ ਮੈਂ ਅਗਲੀ ਗੱਲ ਇਹ ਕਰਸਾਂ ਕਿ ਅਗਰ ਖੁਦਾ ਨਾ ਖਾਸਾ ਇਹ ਮੈਚ ਹੋ ਜਾਂਦਾ ਸਾਡੇ ਮੰਡੀ ਬਾਲਦੀਨ ਦੇ ਇਲਾਕੇ ਵਿੱਚ ਇੱਥੇ ਸਟੇਡੀਅਮ ਹੁੰਦਾ ਇੱਥੇ ਪਾਕਿਸਤਾਨ ਦੇ ਵੈਸਟ ਇੰਡੀਜ਼ ਦੀ ਟੀਮ ਆਉਂਦੀ ਤੇ ਮੋਣ ਪਤਾ ਕੀ ਹੋਣਾ ਹੈ ਮੋਣ ਜਨਾਬ ਇਹ ਹੋਣਾ ਹੈ ਕਿ ਇੱਥੇ ਜਨਾਬ ਸਾਡਾ ਨਾਲ ਲੋਕ ਇੱਥੇ ਵੇਖੋ ਤੇ ਵੇਖੋ ਤੇ ਜਿਹੜਾ ਕੁਬਾਰ ਨਾ ਇਹਨਾਂ ਆਪਣੀ ਮਸ਼ਹੂਰੀ ਦੇਣੇ ਵਾਸਤੇ ਕਿੰਨਾ ਜਰਾਬ ਆਪਣੇ ਆ ਵੇਜੇ ਇਹਨਾਂ ਆਪਣੀਆਂ ਕੁੰਨੀਆਂ ਇਹਨਾਂ ਆਪਣੇ ਕੁੰਨੇ ਇਹਨਾਂ ਜਨਾਬ ਆਪਣੀਆਂ ਸਹਣਕਾਂ ਇਹਨਾਂ ਆਪਣੇ ਦੌਰ ਸਹਣਕਾ ਲੈ ਕੇ ਉੱਥੇ ਨਾ ਅੱਪੜ ਜਾਣਾ ਕਿ ਐਸੀ ਆਪਣੇ ਮਸ਼ਹੂਰੀ ਕਰਾ ਲਵੀਏ ਉਸ ਬਾਅਦ ਸਾਡੇ ਮਲਕਵਾਲ ਵਾਲੇ ਕਮਰਚਾਲੇ ਇਹਨਾਂ ਯਕੀਨ ਮੰਨੋ ਉਹ ਤੇ ਕਪੜੇ ਦੇ ਪਹਿਣ ਚਾਹਤੀ ਨਾ ਲੋਟਿਆਂ ਨਾਲ ਦੇਣੀ ਹੈ ਇਹਨਾਂ ਵੱਡੇ ਹੱਥੀਂ ਦਵਾਣੇ ਆ ਤੇ ਵਜ਼ੂ ਕਰਾ ਛੜਨਾ ਇਤਨੀ ਨਾ ਚਾਹ ਦੇਣੀ ਹੈ ਉਸ ਬਾਅਦ ਉਸ ਗਰਾਊਂਡ ਦੇ ਵਿੱਚ ਅੱਜ ਕੱਲ੍ਹ ਨੂੰ ਪਤਾ ਗੰਨੇ ਦਾ ਸੀਜ਼ਨ ਹੈ ਟਰਾਲੇ ਦੇ حساب ਮਤਲਬ ਟਰਾਲੇ ਬੜੇ ਜਾ ਰਹੇ ਗੰਨਿਆਂ ਦੇ ਤੇ ਜਿਹੜੇ ਉਥੇ ਟਰਾਲੇ ਖੜਾ ਕੇ ਆਪ ਚੰਦ ਤੇ ਟੁਰ ਜਾਂਦੇ ਇਹਨਾਂ ਵੀ ਜਨਾਬ ਉਥੇ ਸਟੇਡੀਅਮ ਵਿੱਚ ਮੌਜੂਦ ਹੁਣ ਆਏ ਉਸ ਇਲਾਵਾ ਉਸ ਸਟੇਡੀਅਮ ਦੇ ਵਿੱਚ ਸਾਡੇ ਜਿਹੜੇ ਮੰਡੇ ਬਵਲਦੀਨ ਦੇ ਬੜੇ ਅਹਿਮ ਤਰੀ ਜਿਹੜੇ ਡਾਕਟਰ ਨੇ ਉਹਨਾਂ ਵੀ ਉਥੇ ਹੋਣਾ ਹੈ ਤੇ ਖੁਦਾ ਨਾ ਖਾਸਾ ਅਗਰ ਕਿਸੇ ਅੰਪਾਇਰ ਕਿਸ ਖਿਡਾਰੀ ਦਾ ਗੇਂਦ ਲੱਗਣ ਤੋਂ ਬਾਅਦ ਖੁੰਨਾ ਖੁੱਲ ਜਾਂਦਾ ਤੇ ਸਾਡੇ ਮੰਡੀ ਦੇ ਡਾਕਟਰ ਆਖਣਾ ਜੀਬ ਸਾਡੇ ਦਾ ਜਵਾਬ ਇਹ ਲਾਹੌਰ ਲੈ ਜਾਓ ਕਿਉਂਕਿ ਸਾਡੇ ਮੰਡੀ ਦੇ ਜਿਹੜੇ ਡਾਕਟਰ ਪਤਾ ਇਹਨਾਂ ਦਾ ਬੜਾ ਵੱਡਾ ਰਿਕਾਰਡ ਹੈ ਕਿ ਪਹਿਲਾਂ ਤੇ ਇਹਨਾਂ ਨਾਲ ਮਰੀਜ਼ ਜਾਂਦੇ ਹੀ ਕੋ ਨਹੀਂ ਅਗਰ ਖੁਦਾ ਨਾ ਖਾਸਾ ਅਗਰ ਕੋਈ ਰਾਤੀ ਲੈ ਕੇ ਟੁਰ ਜਾਵੇ ਜਾਂ ਲੜੇ ਲੈ ਕੇ ਟੁਰ ਜਾਵੇ ਤੇ ਇਹ ਅਕੇ ਬੈਠੇ ਉਹਨਾਂ ਨੇ ਇਹ ਆਖਣੇ ਵਾਸਤੇ ਕਿ ਜਨਾਬ ਇਹਨੂੰ ਗੁਜਰਾਤ ਲੈ ਜਾਓ ਜਾਂ ਇਹਨੂੰ ਗੁਜਰਾ ਲੈ ਜਾਓ ਤਾਂ ਮੈਂ ਇੱਥੇ ਜਨਾਬ ਤੁਹਾਡਾ ਜ਼ਰੂਰ ਤਰਲਾ ਕਰਾਂ ਦਾ ਖੁਦਾ ਦਾ ਨਾਮ ਜੇ ਅਗਰ ਤੁਹਾਡੇ ਕੋਲ ਕੋਈ ਮੌਕਾ ਇੰਜ ਦਾ ਆ ਜਾਵੇ ਤੇ ਇੰਜ ਨਾ ਬੰਡਿਆ ਕਰੋ ਕਾ ਟੀਵੀ ਤੁਹਾਡੇ ਕੋਲ ਪੈਣ ਇਤਨੇ ਚੈਨਲ ਇਤਨੇ ਚੈਨਲ ਨਾਲ ਯਕੀਨ ਮੰਨੋ ਕਿ ਮੁਕਦੇ ਨਹੀਂ ਤੁਸੀਂ ਆਪਣੀਆਂ ਸਰਫਾਂ ਆਪਣੀਆਂ ਆਬਬਲਾ ਤੇ ਆਪਣੇ ਜਨਾਬ ਇਹ ਚਾਵਾ ਅਗਰੇ ਨਦੀਆਂ مشوریاں ਦਿਓ ਤੇ ਤੁਹਾਡੇ ਇੱਥੇ ਪੈਸੇ ਲਾਓ ਤੇ ਇਹ ਯਕੀਨ ਮੰਨੋ ਕੰਮ ਮੁਕਦਾ ਨਹੀਂ ਤੇ ਅਗਰ ਇਹ ਯਕੀਨ ਮੰਨੋ ਮੈਂ ਪਹਿਨਾ ਅਗਰ ਸਾਡੇ ਮੰਡੀ ਬਾਵਲਦੀਨ ਦੇ ਵਿੱਚ ਮੈਚ ਹੁੰਦਾ ਤੇ ਸਾਡੇ ਬਿਲਕੁਲ ਜਿਹੜੇ ਕੁਬਾਰਨ ਇਹਨਾਂ ਜਨਾਬ ਆਪਣੇ ਹੈ ਵੇਜੇ ਇਹਨਾਂ ਕੁੰਨੀਆਂ ਕੁੰਨੇ ਸਾਂਹਾਂ ਕਾ ਦੌਰ ਚੰਗੇਰਾ ਇਹਨਾਂ ਲੈ ਕੇ ਵਗ ਜਣਾਈ ਮੋੜ ਰਲ ਸਮਝ ਜਾਣੀ ਹੈ ਬਾ ਐਡ ਤੇ ਮਸ਼ਹੂਰੀਆਂ ਹੁੰਦੀਆਂ ਕੀਨ ਤੇ ਇਸ ਇਲਾਵਾ ਮਿੱਠਿਆ ਬਾਕੀ ਰਹੀ ਗੱਲ ਦਨਪਤਾ ਕਿ ਸਰਦੀ ਹੈ ਤੇ ਸਰਦੀ ਦੇ ਵਿੱਚ ਬਚੋ ਔਰ ਧੁੰਦ ਬੜੀ ਚੋਕੀ ਸਾਰੀ ਪੈ ਰਹੀ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਐਕਸੀਡੈਂਟ ਹੋ ਰਹੇ ਹਨ ਆਵਾਮ ਜਿਹੜੀ ਹੈ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਉਹ ਸਿਰਫ ਇਸ ਵਜ੍ਹਾ ਤੋਂ ਕਿ ਡਰਾਈਵਿੰਗ ਦੇ ਦੌਰਾਨ ਐਸੀ ਲਾਈਟਾਂ ਕੋ ਨਹੀਂ ਬਾਲਦੇ ਜਾਂ ਐਸੀ ਫੋਨ ਸੁਣ ਰਹੇ ਹਨ ਜਿਵੇਂ ਅਸੀਂ ਨਾਰਮਲ ਰੁਟੀਨ ਚ ਅਗੇ ਕਰਦੇ ਹਾਂ ਕਿਉਂਕਿ ਪੁੱਛ ਪਕੜ ਤੇ ਹੈ ਕੋਈ ਨਾ ਅਗਰ ਕੋਈ ਪਕੜੇ ਅਗਰ ਸਾਨੂੰ ਕੋਈ ਪੁੱਛੇ ਅਸੀਂ ਆਕੜਦੇ ਹਾਂ ਜਾਂ ਪਿੱਛੇ ਫੋਨ ਕਰਾ ਕੇ ਆਪਣਾ ਸਿਰ ਛੁਡਾ ਲੈਂਦੇ ਹਾਂ ਕਾਨੂੰਨ ਤੇ ਹੈ ਕੋਈ ਨਾ ਐ ਤੇ ਅਸੀਂ ਉਹ ਪਾਸਦਾਰੀ ਕੋ ਨਹੀਂ ਕਰਦੇ ਇਸ ਵਾਸਤੇ ਇਹ ਜਨਾਬ ਚੋਕੀ ਸਾਰੀ ਧੁੰਦ ਪੈ ਰਹੀ ਹੈ ਆਪਣਾ ਤਾਫ फज करो और स्लो मोशन चलो जरा और वेखता कि चौखी हो थे, अगर मजबूरी ना हो ना निकलो और इस वक्त की गल कि मैं तुम तो मदद गल दसा एक तुर्की तो बड़ी सोनी खुशबो आई है जी मैं इस टाइम लाई है आए आए मेरे को रन तुम्हें भीडियो च सौ दसनी है कि खुशबो किमें दिए और उम्मीद कर सू वी वीडियो भी चंह लगसी खुशबो भी चंह लगती दुआ है कि अल्लाह तुबारे तला पाकिस्तान की क्रिकेट की टीम समेत ਜਿੱਤਰੇ ਸਾਡੇ ادارے ਨੇ ਇਹਨਾਂ ਸਾਰੀਆਂ ਤਰੱਕੀ ਦੇਵੇ ਔਰ ਸਹੀ ਇਮਾਨਦਾਰੀ ਦੇ ਨਾਲ ਕੰਮ ਕਰਨ ਦੀ ਤੋਫੀਕ ਤਾ ਫਰਮਾਏ ਆਪਣਾ ਖਿਆਲ ਰੱਖਿਆ ਕੋਈ ਵੇਖੇ ਨਾ ਵੇਖੇ ਕੋਈ ਸਮਝੇ ਨਾ ਸਮਝੇ ਪੰਜਾਬੀ ਦੇ ਜ਼ਰੂਰ ਸਮਝੇਦਾ ਆਪਣਾ ਖਿਆਲ ਰੱਖਿਆ ਹੈ ਅੱਲਾਹ ਸੁਣਦੇ